ਮਰਾਸੀ ਬਾਵਾ ਸਹੁਰੇ ਗਿਆ ਨਾ ਤੇ ਸਹੁਰਿਆਂ ਨੇ ਇੱਕ ਮੁਰਗੀ ਪਕਾ ਕੇ ਤੇ ਅੱਗੇ ਰੱਖੀ ਤੇ ਆਪ ਵੀ ਸਾਰੇ ਦੁਆਲੇ ਬਹਿ ਗਏ ਤੇ ਉਹਨੂੰ ਆਖਿਆ ਪੁੱਤਰਾ ਇਹ ਵੰਡ ਦੇ ਜਰਾ ਸਾਰਿਆਂ ਨੂੰ। ਹੁਣ ਸਾਰਿਆਂ ਦੇ ਵਿੱਚ 2 ਸਾਲੇ 2 ਸਾਲੀਆਂ ਤੇ ਸੱਸ ਤੇ ਸਹੁਰਾ ਸਨ 6 ਜੀ। ਮਰਾਸੀ ਨੇ ਆਖਿਆ ਜੀ ਠੀਕ ਹੈ ਮੈਂ ਵੰਡ ਦੇਣਾ ਵਾ। ਉਹਨੇ ਮੁਰਗੀ ਦਾ ਸਿਰ ਲਾ ਕੇ ਨਾ ਪੂਰੀ ਮੁਰਗੀ ਸੀ ਰੋਸਟ ਹੋਈ ਸਿਰ ਲਾ ਕੇ ਤੇ ਸਹੁਰੇ ਵੱਲ ਕੀਤਾ ਤੇ ਉਹਨੂੰ ਆਖਿਆ ਜੀ ਤੁਸੀਂ ਇਸ ਘਰ ਦੇ ਸਰ ਬਰਾਓ, ਇਹ ਸਰ ਜਿਹੜਾ ਤੁਹਾਡੀ ਨਜ਼ਰ ਹੋ ਗਿਆ। ਪਿਛਲਾ ਪਾਸਾ ਮੁਰਗੀ ਦਾ ਲਾ ਕੇ 7 ਸਾਲ ਕੀਤਾ ਸੀ ਤੇ ਆਖਿਆ ਜੀ ਤੁਸੀਂ ਪਿੱਛੋਂ ਘਰ ਸੰਭਾਲਦੇ ਹੋ ਤੇ ਪਿਛਲਾ ਪਾਸਾ ਤੁਹਾਡਾ ਹੋ ਗਿਆ। ਦੋਵੇਂ ਬਾਹਾਂ ਲਾ ਕੇ ਤੇ 2 ਸਾਲਿਆਂ ਨੂੰ ਦੇ ਕੇ ਆਂਦਾ, ਤੁਸੀਂ ਦੋਵੇਂ ਪਿਓ ਦੀਆਂ ਬਾਹਾਂ ਵੋ ਤੇ ਇਹ ਤੁਹਾਡਾ ਹੋ ਗਈਆਂ, ਬਾਹਾਂ ਦੋਵੇਂ ਤੁਹਾਡੀਆਂ ਹੋ ਗਈਆਂ। ਲੱਤਾਂ ਦੋਵੇਂ ਲਾ ਕੇ ਨਾ ਤੇ 2 ਸਾਲੀਆਂ ਹਾਲ ਕਰਕੇ ਆਂਦਾ ਜੀ ਤੁਸੀਂ ਇਸ ਘਰ ਦੀ ਇੱਜ਼ਤ ਸੰਭਾਲੀ ਏ, ਚੁੱਕੇ ਆ ਘਰ ਨੂੰ ਸਿਰ ਤੇ, ਤੁਹਾਡੇ ਸਿਰ ਤੇ ਹੀ ਸਾਰੀਆਂ ਰੌਣਕਾਂ ਨੇ, ਇਹ ਦੋਵੇਂ ਲੱਤਾਂ ਤੁਹਾਡੀਆਂ ਹੋ ਗਈਆਂ। ਉਹਨਾਂ ਨਾਲੇ ਖਾ ਲਿਆ ਤੇ ਨਾਲੇ ਬੜੇ ਪਰੇਸ਼ਾਨ ਹੋਏ ਕਿ ਭਾਈ ਇਹ ਵੰਡ ਨਹੀਂ ਸਹੀ ਹੋਈ। ਅਗਲੇ ਦਿਨ ਤੇ ਗੱਲ ਪੈ ਗਈ, ਅਗਲੇ ਦਿਨ ਜਨਾਬੇ ਵਾਲੀ ਉਹ ਸਹੁਰੇ ਨੇ ਸੱਸ ਨੂੰ ਉਹਦੀ ਨੂੰ ਆਖਿਆ ਕਿ 5 ਮੁਰਗੀਆਂ ਰੋਸਟ ਕਰਕੇ ਨਾ ਇਹਦੇ ਅੱਗੇ ਧਾਰੇ ਨੂੰ ਆਨੇ ਆ, ਹੁਣ ਵੰਡ ਵਾਲਾ ਕੀ ਕਰਦਾ। ਉਹ ਮਰਾਸੀ ਨੂੰ ਉਹਨਾਂ ਆਖਿਆ ਕਿ ਲਓ ਜੀ ਆ ਗਿਆ ਸਮਾਨ, ਇਹ ਪੁੱਤਰਾ ਜਰਾ ਫੇਰ ਵੰਡ ਛੱਡ। ਉਹਨੇ ਕਿਹਾ ਜੀ ਮੈਂ ਵੰਡ ਦੇਣਾ ਵਾ, ਕਿਵੇਂ ਵੰਡਣਾ, ਜੁਫਤ ਹੋਵੇ ਜਾਂ ਤਾਕ ਹੋਵੇ। ਉਹ ਸਹੁਰੇ ਨੇ ਆਖਿਆ ਜੀ ਇਹ ਤਾਕ ਵੰਡਣਾ ਜਾਂ 1 ਜਾਂ 3 ਜਾਂ 5 ਹੋਵੀ ਹੈ ਜਿਹਨੂੰ ਵੰਡ ਜਾਏ। ਮਰਾਸੀ ਆਖਿਆ ਜੀ ਠੀਕ ਹੈ ਵੰਡ ਦੇਣੇ ਆ। ਉਹਨੇ ਜਨਾਬੇ ਵਾਲੀ ਇੱਕ ਕੁਕੜੀ ਚੁੱਕੀ ਸੱਸ ਤੇ ਸਹੁਰੇ ਅੱਗੇ ਰੱਖੀ ਤੇ ਉਹਨਾਂ ਨੂੰ ਆਖਿਆ ਲਓ ਜੀ 2 ਜੀ ਤੁਸੀਂ ਤੇ 1 ਕੁਕੜੀ, ਤਾਕ 3 ਹੋ ਗਿਆ, ਤਾਕ ਹੋ ਗਿਆ ਤੁਹਾਡਾ ਪੂਰਾ, ਖਾਓ ਅੱਲਾ ਦਾ ਨਾਂ ਲੈ ਕੇ। 1 ਚੁੱਕੀ ਤੇ 2 ਸਾਲਿਆਂ ਅੱਗੇ ਰੱਖ ਕੇ ਆਖਿਆ 1 ਮੁਰਗੀ ਤੇ 2 ਤੁਸੀਂ, ਤਾਕ ਹੋ ਗਿਆ ਖਾਓ। 1 ਮੁਰਗੀ ਚੁੱਕ ਕੇ 2 ਸਾਲਿਆਂ ਅੱਗੇ ਰੱਖ ਕੇ ਤੇ ਉਹਨਾਂ ਨੂੰ ਆਖਿਆ ਲਓ ਜੀ ਤੁਸੀਂ ਵੀ 3 ਤਾਕ ਹੋ ਗਿਆ ਤੇ ਖਾਓ ਅੱਲਾ ਦਾ ਨਾਂ ਲੈ ਕੇ। ਤੇ ਆ ਬਾਕੀ ਜਿਹੜੀਆਂ 2 ਬਸੀਆਂ ਨੇ, ਚਲੋ 2 ਉਹ ਤੇ 1 ਮੈਂ, ਹੁਣ ਮੈਂ ਵਹਤ ਕਰ ਲੈਂਦਾ ਵਾ, ਅਸੀਂ ਵੀ ਚਲੋ ਤਾਕ ਹੋ ਗਿਆ ਖਾ ਕੇ ਨਾ। ਰੱਜ ਪੁੱਜ ਬੈਠਾ ਤੇ ਸਹੁਰੇ ਨੂੰ ਫੇਰ ਬੜੀ ਮਾੜੀ ਗੱਲ ਲੱਗੀ। ਉਹਨੇ ਸੱਸ ਨੂੰ ਆਖਿਆ ਕਿ ਕੱਲ ਫੇਰ 5 ਹੀ ਪਕਾ ਕੇ ਦੇ ਅੱਗੇ ਧਰਨੀਆਂ ਨੀ, ਹੁਣ ਮੈਂ ਇਹਨੂੰ ਆਨਾ ਵਾ ਜੁਫਤ ਵੰਡ ਕੇ ਵਹਾ ਹਵਲਾ ਕੀ ਕਰਦਾ। ਅਗਲੇ ਦਿਨ ਫੇਰ ਜਨਾਬ ਟੇਬਲ ਸ਼ੇਬਲ ਲੱਗ ਗਿਆ। ਸਹੁਰੇ ਨੇ ਆਖਿਆ ਲੈ ਪੁੱਤਰਾ ਜਰਾ ਵੰਡ ਦੇ ਤੂੰ ਹੀ। ਉਹਨੇ ਕਿਹਾ ਜੀ ਮੈਂ ਹੀ ਵੰਡ ਦੇਣਾ ਵਾ ਤੇ ਕਿਵੇਂ ਵੰਡਾਂ, ਇਹ ਜੁਫਤ ਕੇ ਤਾਕ। ਸਹੁਰੇ ਆਖਿਆ ਅੱਜ ਜੁਫਤ ਵੰਡਣੀਆਂ ਨੀ, ਕੁਕੜੀ ਸਨੇ ਜਾਂ 2 ਹੋਵੀਏ ਜਾਂ 4 ਹੋਵੀਏ। ਉਹਨੇ ਕਿਹਾ ਠੀਕ ਹੈ, ਸਵਾਦ ਆਇਆ ਨਾ ਗੱਲ ਦਾ। 1 ਕੁਕੜੀ ਚੁੱਕੀ ਸੱਸ ਤੇ 2 ਸਾਲੀਆਂ ਨੂੰ ਰਲਾ ਕੇ ਆਖਿਆ ਲਓ ਜੀ ਆ 4 ਹੋ ਗਈਆਂ ਜੁਫਤ। 1 ਹੋਰ ਚੁੱਕ ਕੇ ਤੇ ਸਹੁਰੇ ਤੇ 2 ਸਾਲਿਆਂ ਅੱਗੇ ਧਰ ਕੇ ਨਾ ਤੇ ਆਂਦਾ ਲਓ ਜੀ 3 ਤੁਸੀਂ ਤੇ 1 ਕੁਕੜੀ, 4 ਹੋ ਗਏ ਤੁਸੀਂ ਵੀ ਤਾਂ ਆਪਣਾ ਜੁਫਤ ਹੋ ਗਏ ਤੇ ਬਾਕੀ ਪਿੱਛੇ 3 ਬੱਚੀਆਂ ਨੇ, ਚਲੋ 3 ਦੇ ਨਾਲ ਮੈਂ ਰਲ ਜਾਂਦਾ ਵਾ, ਕੋਈ ਵਕਤ ਮੈਂ ਵੀ ਕਰ ਲੈਂਦਾ ਵਾ, ਅਸੀਂ ਵੀ ਚਲੋ ਜੁਫਤ ਹੋ ਜਾਾਂਗੇ ਤੇ ਯਾ ਅੱਲਾ ਤੇਰਾ ਸ਼ੁਕਰ ਏ ਤੂੰ ਮੈਨੂੰ ਇਨਸਾਫ ਦੇ ਨਾਲ ਵੰਡ ਕਰਨ